ਡਿਪਾਰਟਮੈਂਟ ਆਫ ਸਕੂਲ ਐਜੂਕੇਸ਼ਨ ਪੰਜਾਬ ਅਤੇ ਸਕੂਲ ਗੇਮਜ਼ ਫੈਡਰੇਸ਼ਨ ਆਫ ਇੰਡੀਆ ਵੱਲੋਂ ਲੁਧਿਆਣਾ ਵਿਖੇ 65ਵੀਂ ਨੈਸ਼ਨਲ ਸਕੂਲ ਗੇਮਜ਼ 2019 ਵੀ ਕਰਵਾਈਆਂ ਗਈਆਂ, ਜਿੱਥੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਝਿੰਗਣਾ ਦੇ 19 ਸਾਲ ਤੋਂ ਘੱਟ ਉਮਰ ਦੇ ਨੌਜਵਾਨ ਨੇ ਵੁਸ਼ੂ ਗੇਮ ਵਿੱਚ ਗੋਲਡ ਮੈਡਲ ਪ੍ਰਾਪਤ ਕੀਤਾ। ਗੋਲਡ ਮੈਡਲ ਪ੍ਰਾਪਤ ਕਰਕੇ ਪਿੰਡ ਪੁੱਜੇ ਨਵਜੋਤ ਸਿੰਘ ਪੁੱਤਰ ਭੁਪਿੰਦਰ ਸਿੰਘ ਦਾ ਪਿੰਡ ਵਾਸੀਆਂ ਅਤੇ ਇਲਾਕਾ ਵਾਸੀਆਂ ਨੇ ਨਵਜੋਤ ਸਿੰਘ ਅਤੇ ਹੋਰ ਖਿਡਾਰੀਆਂ ਦੇ ਗਲਾਂ ਵਿੱਚ ਫੁੱਲਾਂ ਦੇ ਹਾਰ ਪਾ ਕੇ ਅਤੇ ਢੋਲ ਵਜਾ ਕੇ ਭਰਵਾਂ ਸਵਾਗਤ ਕੀਤਾ। ਖਿਡਾਰੀਆਂ ਨੇ ਪਿੰਡ ਆਉਂਦਿਆਂ ਹੀ ਬਾਬਾ ਸਾਹਿਬ ਭੀਮ ਰਾਓ ਡਾਕਟਰ ਅੰਬੇਡਕਰ ਦੇ ਸਟੈਚੂ 'ਤੇ ਸਿਰ ਝੁਕਾ ਕੇ ਧੰਨਵਾਦ ਕੀਤਾ। ਪਿੰਡ ਵਾਸੀਆਂ ਵੱਲੋਂ ਢੋਲ ਦੇ ਨਾਲ ਖੁਸ਼ੀ ਦਾ ਇਜ਼ਹਾਰ ਕਰਦਿਆਂ ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕ ਕੇ ਆਸ਼ੀਰਵਾਦ ਪ੍ਰਾਪਤ ਕੀਤਾ, ਜਿੱਥੇ ਪ੍ਰਬੰਧਕਾਂ ਵੱਲੋਂ ਖਿਡਾਰੀਆਂ ਦੇ ਗੁਰੂ ਘਰ ਦੀ ਬਖਸ਼ਿਸ਼ ਸਿਰੋਂ ਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਖਿਡਾਰੀ ਨਵਜੋਤ ਸਿੰਘ ਨੇ ਸਕੂਲ ਸਟਾਫ, ਮਾਪੇ ਅਤੇ ਪਿੰਡ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਪਿੰਡ ਵਾਸੀਆਂ ਨੇ ਵੀ ਮੁਬਾਰਕਾਂ ਦਿੱਤੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਆਪ ਸਾਰਿਆਂ ਦਾ ਬੜਾ ਧੰਨਵਾਦੀ ਹਾਂ। ਮੈਂ ਅੱਜ ਨੈਸ਼ਨਲ ਵਿੱਚੋਂ ਮੈਡਲ ਜਿੱਤ ਕੇ ਆਇਆ ਹਾਂ, ਵੁਸ਼ੂ ਗੇਮ ਦੇ ਵਿੱਚੋਂ ਇਹ ਗੋਲਡ ਮੈਡਲ ਜਿੱਤ ਕੇ ਲੈ ਕੇ ਆਇਆ ਹਾਂ। ਬਹੁਤ ਬਹੁਤ ਖੁਸ਼ੀ ਮਹਿਸੂਸ ਕਰਦਾ ਹਾਂ। ਮੈਂ ਸਾਰਿਆਂ ਦਾ ਧੰਨਵਾਦੀ ਹਾਂ। ਮੇਰੇ ਕੋਚ ਸਾਹਿਬ ਮਨਜੋਤ ਲੌਂਗੀਆ ਜੀ, ਸਿਮਰਨ ਭਾਜੀ ਜੀ, ਮਨਜੀਤ ਸਰ ਲੌਂਗੀਆ ਜੀ, ਉਹਨਾਂ ਦਾ ਬੜਾ ਧੰਨਵਾਦੀ ਹਾਂ। ਮੇਰੇ ਮਾਤਾ ਪਿਤਾ ਜੀ, ਉਹਨਾਂ ਦਾ ਬੜਾ ਮੇਰੇ ਬਹੁਤ ਧੰਨਵਾਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬੜਾ ਹੀ ਸਮਾਂ ਬਖਸ਼ਿਸ਼ ਕੀਤਾ ਹੈ ਜੋ ਕਿ ਸਪੁੱਤਰ ਸਾਡੇ ਨਵਜੋਤ ਸਿੰਘ, ਜੋ ਕਿ ਵੁਸ਼ੂ ਗੇਮ ਦੇ ਵਿੱਚੋਂ ਆਪਣਾ ਜੋ 85 ਕਿਲੋ ਵੇਟ ਵਿੱਚੋਂ ਗੋਲਡ ਮੈਡਲ ਜਿੱਤਿਆ ਹੈ ਨੈਸ਼ਨਲ ਗੇਮ ਦੇ ਵਿੱਚੋਂ, ਔਰ ਇਹਨਾਂ ਦਾ ਜੋ ਕੋਚ ਸਾਹਿਬ ਨੇ, ਉਹਨਾਂ ਨੇ ਬੜੀ ਇਹਨਾਂ ਦੀ ਮਿਹਨਤ ਕਰਵਾਈ ਹੈ, ਉਹਨਾਂ ਦਾ ਬੜੇ ਧੰਨਵਾਦੀ ਹਾਂ ਜੀ। ਹੋਰ ਇਹਨਾਂ ਦੇ ਪ੍ਰਿੰਸੀਪਲ ਸਾਹਿਬ, ਸਕੂਲ ਦਾ ਸਾਰਾ ਸਟਾਫ, ਜਿਨ੍ਹਾਂ ਨੇ ਬੜਾ ਹੀ ਇਹਨਾਂ ਦੇ ਸਹਿਯੋਗ ਦਿੱਤਾ ਹੈ, ਜੋ ਕਿ ਔਰ ਸਾਰੇ ਹੀ ਪਿੰਡ ਵਾਸੀਆਂ ਦਾ ਬਹੁਤ ਹੀ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਬਹੁਤ ਹੀ ਮਾਣ ਸਤਿਕਾਰ ਬਖਸ਼ਿਸ਼ ਕੀਤਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਸਾਡੇ ਪਿੰਡ ਦੇ ਲਈ, ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਵੱਡੇ ਭਾਈ ਸਾਹਿਬ, ਅਮਰੀਕਾ ਨਿਵਾਸੀ ਗਿਆਨੀ ਹਰਵਾਸੀ ਦੇ ਪੋਤਰੇ ਅਤੇ ਸਰਦਾਰ ਭੁਪਿੰਦਰ ਸਿੰਘ ਅਤੇ ਸੁਰਿੰਦਰ ਸਿੰਘ ਦੇ ਬੇਟੇ ਕਾਕਾ ਸੁਰਿੰਦਰ ਕੌਰ ਦੇ ਬੇਟੇ ਕਾਕਾ ਨਵਜੋਤ ਸਿੰਘ, ਜਿਨ੍ਹਾਂ ਨੇ ਵੁਸ਼ੂ ਗੇਮ ਵਿੱਚੋਂ ਨੈਸ਼ਨਲ ਲੈਵਲ ਖੇਡਿਆ ਤਾਂ ਪਹਿਲਾ ਸਥਾਨ ਹਾਸਲ ਕੀਤਾ, ਅਤੇ ਪਿੰਡ ਵਾਸੀਆਂ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ ਜਿਨ੍ਹਾਂ ਨੇ ਸਾਡੇ ਪਿੰਡ ਦਾ ਨਾਂ, ਝਿੰਗੜਾਂ ਦਾ ਨਾਂ ਸਾਰੇ ਇੰਡੀਆ ਦੇ ਵਿੱਚ ਉੱਚਾ ਕੀਤਾ ਆ। ਇਹਦੀ ਵਧਾਈ ਸਾਰੇ ਇਹਨਾਂ ਦੇ ਪਰਿਵਾਰ ਨੂੰ, ਤਾਂ ਇਹਨਾਂ ਦੇ ਕੋਚ ਸਾਹਿਬ ਨੂੰ, ਤਾਂ ਸਕੂਲ ਮੁਕੰਦਪੁਰ ਵਾਲਿਆਂ ਨੂੰ ਜਾਂਦੀ ਆ, ਕਿ ਜਿਨ੍ਹਾਂ ਨੇ ਬਹੁਤ ਮਿਹਨਤ ਅਤੇ ਲਗਨ ਦੇ ਨਾਲ ਸਾਡੇ ਬੱਚੇ ਨੂੰ ਇਸ ਗੇਮ ਦੇ ਵਿੱਚ ਪਾ ਕੇ ਤਾਂ ਮਿਹਨਤ ਕਰਾਈ, ਤਾਂ ਸਾਰਿਆਂ ਦਾ, ਪਿੰਡ ਵਾਸੀਆਂ ਦਾ, ਜਿਨ੍ਹਾਂ ਨੇ ਇਹਨਾਂ ਦੇ ਆਉਣ 'ਤੇ ਬਹੁਤ ਖੁਸ਼ੀ ਮਹਿਸੂਸ ਕੀਤੀ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ। ਅਤੇ ਇਹਨਾਂ ਦੇ ਨਾਲ ਹੀ ਕਾਕਾ ਬਲਜਿੰਦਰ ਕੁਮਾਰ, ਸਪੁੱਤਰ ਨਰਮ ਕੁਮਾਰ ਪਿੰਡ ਸਰਹਾਲ ਕਾਜੀਆਂ ਤੋਂ, ਮੁਸਕਾਨ ਸਪੁੱਤਰੀ ਚਰਨਜੀਤ ਸਿੰਘ ਪਿੰਡ ਸਲ ਕਲਾਂ ਤੋਂ, ਮਹਿਕ ਸਪੁੱਤਰੀ ਪਵਨ ਕੁਮਾਰ ਪਿੰਡ ਮਹਿਤਪੁਰ ਤੋਂ, ਪਰਮਜੀਤ ਕੌਰ ਸਪੁੱਤਰੀ ਸਰਵਣ ਕੁਮਾਰ ਹੀਮੇ ਤੋਂ, ਜਿਨ੍ਹਾਂ ਨੇ ਆਪਣੇ ਵੱਖ ਵੱਖ ਭਾਰ ਦੇ ਵਿੱਚ ਆਪਣੇ ਵੱਖ ਵੱਖ ਮੈਡਲ ਹਾਸਲ ਕੀਤੇ ਨੇ। ਸਾਨੂੰ ਸਾਰਿਆਂ ਨੂੰ ਬਹੁਤ ਹੀ ਖੁਸ਼ੀ ਹੈ ਕਿ ਇਸ ਤਰ੍ਹਾਂ ਹੀ ਇਹ ਸਾਡਾ ਪਰਿਵਾਰ, ਸਾਡੇ ਬੱਚੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਦੇ ਰਹਿਣ,
ਪਰਮਾਤਮਾ ਇਹਨਾਂ 'ਤੇ ਮਿਹਰ ਭਰਿਆ ਹੱਥ ਰੱਖੇ, ਅੱਗੇ ਤੋਂ ਇਹ ਏਸ਼ੀਅਨ ਖੇਡਾਂ ਦੇ ਵਿੱਚ, ਓਲੰਪਿਕ ਖੇਡਾਂ ਦੇ ਵਿੱਚ ਆਉਣ, ਜਾ ਕੇ ਸਾਡੇ ਪਿੰਡ ਦਾ ਨਾਮ